ਤਾਂ ਪਹਿਲਾਂ ਤਾਰਫ ਕਰਾ ਦਿਓ। ਮੇਰਾ ਮੇਰਾ ਨਾਮ ਗੁਲਾਮ ਮੁਹੰਮਦ ਤਨੋਲੀ ਹੈ ਜੀ, ਮੈਂ ਮਨਸਰ ਤੋਂ ਤਾਲਕ ਰੱਖਦਾ। ਜਿਹੜੀ ਹਿੰਕੋ ਲੋਗੋ ਦੀ ਜਿਹੜੀ ਕਿਤਾਬ ਹੈ ਉਸ ਦੇ ਅੰਦਰ ਜ਼ਿਆਦਾਤਰ ਅਲਫਾਜ਼ ਜਿਹੜੇ ਨੇ ਪਸ਼ੋਰੀ ਜ਼ੁਬਾਨ ਦੇ ਆਉਂਦੇ ਨੇ, ਯਾਨੀ ਬੋਲੀ। ਔਰ ਇਸ ਦੇ ਅੰਦਰ ਇੱਕ ਕਾਨਫਰੰਸ ਦੇ ਅੰਦਰ ਵੀ ਅਮੂਮਨ ਮੁਕਰਰੀਨ ਨੇ ਜਿਹੜਾ ਖਿਤਾਬ ਕੀਤਾ ਹੈ ਉਸ ਵਿੱਚ ਇਹ ਪਸ਼ੋਰੀ ਜ਼ੁਬਾਨ ਦਾ ਅਲਫਾਜ਼ ਇਸਤੇਮਾਲ ਕੀਤੇ ਗਏ ਨੇ। ਲੋਗੋ ਤੋਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਿੰਕੋ ਜਿਹੜੀ ਸਭ ਤੋਂ ਜ਼ਿਆਦਾ ਬੋਲੀ ਜਾਂਦੀ ਹੈ ਉਹ ਹਜ਼ਾਰੇ ਦੇ ਅੰਦਰ ਬੋਲੀ ਜਾਂਦੀ ਹੈ। ਆਜ਼ਾਰੀ ਦੀ ਆਬਾਦੀ ਇਸ ਵਕਤ ਕਮ ਸੇ ਕਮ 40-50 ਲੱਖ ਦੇ ਕਰੀਬ ਹੈ, ਜਿਸ ਦੇ ਅੰਦਰ ਜਿਹੜੀ ਤਕਰੀਬਨ 80-90% ਆਬਾਦੀ ਜਿਹੜੀ ਹੈ ਉਹ ਜਿਹੜੀ ਹੈ ਹਿੰਕੋ ਬੋਲਦੀ ਹੈ। ਔਰ ਉਸ ਦੀ ਹਿੰਕੋ ਜਿਹੜੀ ਹੈ ਉਸ ਦਾ ਲਹਿਜਾ ਇਹ ਤਾਂ ਇੰਟਰਨੈਸ਼ਨਲ ਕੁਲੀ ਹੈ ਕਿ ਬਈ ਹਰ 8 ਮੀਲ ਤੋਂ ਬਾਅਦ ਬਈ ਹਰ ਜ਼ੁਬਾਨ ਦਾ ਲਹਿਜਾ ਚਹਿਜ ਆਉਂਦਾ। ਔਰ ਜਿਹੜੀ ਉੱਥੇ ਦੀ ਜ਼ੁਬਾਨ ਜਿਹੜੀ ਬੋਲੀ ਜਾਂਦੀ ਹੈ ਉਸ ਨੂੰ ਲਹੂ ਦੇ ਅੰਦਰ ਸ਼ੁਮਾਰ ਕੀਤਾ ਜੁਲੇ, ਯਾਨੀ ਉੱਥੇ ਦੀ ਜਿੰਨੀ ਵੀ ਲੈਂਗੁਏਜ ਜਿਹੜੀ ਉੱਥੇ ਦੀ ਜ਼ੁਬਾਨਾਂ ਹਨ ਨਾ ਜਿਹੜੀਆਂ ਬੋਲੀ ਜਾਂਦੀਆਂ ਉਹਨਾਂ ਨੂੰ ਲਹੂ ਤੇ ਸ਼ੁਮਾਰ ਕੀਤਾ ਜੁਲੇ। ਮੈਂ ਮੇਰੇ ਭਾਈ ਦੇਖੋ ਇਨਕੋ ਜ਼ੁਬਾਨ ਦੀ ਪਹਿਲੀ ਲਹੂ ਆਈਏ ਸੁਲਤਾਨ ਸਕੂਨ ਸਾਹਿਬ ਦੇ ਹਵਾਲੇ ਨਾਲ ਆਈਏ। ਸੁਲਤਾਨ ਸਕੂਨ ਨੇ ਉਹ ਤਰਤੀਬ ਦਿੱਤੀ ਹੈ ਔਰ ਉਹ ਸੁਲਤਾਨ ਸਕੂਨ ਦਾ ਤਾਲਕ ਐਪਟਾਬਾਦ ਹਜ਼ਾਰੇ ਦੇ ਨਾਲ ਹੈ। ਉਸ ਉਹਨਾਂ ਨੇ ਜੋ ਅਲਫਾਜ਼ ਵੀ ਤਰਤੀਬ ਜੋ ਜਿਸ ਤਰ੍ਹਾਂ ਸਾਨੂੰ ਦਿੱਤੇ ਨੇ ਮਨੋ ਅਨ ਸਾਨੇ ਉਹ ਅਲਫਾਜ਼ ਛਾਪੇ ਨੇ, ਗੰਧਾਰਾ ਨੇ ਉਹੀ ਅਲਫਾਜ਼। ਇਸ ਤੋਂ ਬਾਅਦ ਜਿਹੜੀ ਦੂਸਰੀ ਲੁਗਤ ਆ ਸੀ ਉਸ ਦੇ ਵਿੱਚ ਯਕੀਨਨ ਕੁਹਾਟ ਦੇ ਅਲਫਾਜ਼ ਵੀ ਸ਼ਾਮਿਲ ਕੀਤੇ ਜਾ ਸਨ, ਪਿਸ਼ਾਵਰ ਦੇ ਅਲਫਾਜ਼ ਵੀ ਸ਼ਾਮਿਲ ਕੀਤੇ ਜਾ ਸਨ। ਕਿਸੇ ਵੀ ਜ਼ਬਾਨ ਦਾ ਹਿੰਕੋ ਦੇ ਕਿਸੇ ਵੀ ਲਹਿਜੇ ਦਾ ਲਫ਼ਜ਼ ਜੋ ਇਸ ਦੇ ਵਿੱਚ ਸ਼ਾਮਿਲ ਮੌਜੂਦਾ ਹੈ ਉਹ ਠੀਕ ਹੈ ਨੀਂਗਾ ਅਸੀਂ ਉਸਦੇ ਸ਼ਾਮਿਲ ਕਰ ਸੀਏ। ਇਸ ਨੂੰ ਵਧਾਉਣੇ ਸਾਨੇ ਲੁਗਤ ਦੇ ਉੱਤੇ ਅਲਫਾਜ਼ ਸਾਡੇ ਸਾਰੇ ਤੁਹਾਡੀ ਲੁਗਤ ਹੈ ਸਾਡੀ ਲੁਗਤ ਹੈ। ਅਗਰ ਇੱਥੋਂ ਦੀ ਮਕਾਮੀ ਹਵਾਲੇ ਨਾਲ ਕੋਈ ਲਫ਼ਜ਼ ਸ਼ਬਦ ਹੈ ਉਹ ਤੁਹਾਡਾ ਹੋਣਾ ਚਾਹੀਦਾ ਹੈ, ਤੁਹਾਡਾ ਲਫ਼ਜ਼ ਚਾਹੀਦਾ ਇਸ 'ਤੇ, ਚੂੰਕਿ ਸਾਰੀ ਹਿੰਕੋ ਜ਼ਬਾਨ ਹੈ ਇਸ 'ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਜੀ ਅਕਮਲ ਨਈਮ ਸਾਹਿਬ, ਅਕਮਲ ਨਈਮ ਸਾਹਿਬ ਉਸੀ ਬਾਤ ਤੁਹਾਡਾ ਜੀ, ਪਹਿਲੇ ਅਕਮਲ ਨਈਮ ਸਾਹਿਬ ਉਸੀ ਬਾਤ ਤੁਹਾਡਾ ਜੀ, ਉਹ ਪਿੱਛੇ ਦੇ ਦਿਓ ਜੀ। ਤੁਹਾਨੂੰ ਕੁਛ ਕਹਿਣਾ? ਅੱਛਾ ਜੀ ਜੀ, ਪਹਿਲੇ ਅਕਮਲ ਨਈਮ ਸਾਹਿਬ ਉਸੀ ਬਾਤ ਇੱਧਰ ਉਸੀ ਬਾਤ ਤੁਹਾਡਾ ਜੀ, ਇਹਨਾਂ ਸੀ ਬਾਤ ਤੁਹਾਡਾ ਜੀ। ਮੇਰਾ ਨਾਮ ਇਨਾਮੁੱਲਾ ਹੈ, ਮੇਰਾ ਸਵਾਤ ਬਾਹਰੇਨ ਸੇ ਤਾਲੁਕ ਹੈ। ਮੇਰੀ ਇੱਕ ਤਜਵੀਜ਼ ਹੈ ਔਰ ਇੱਕ ਸਵਾਲ ਹੈ। ਤਜਵੀਜ਼ ਤੋਂ ਕੇ ਬਾਰੇ ਮੈਂ ਹੈ ਕਿ ਲੋਗਤ ਜੋ ਹੈ ਇਸਕੇ ਉੱਪਰ ਬਹੁਤ ਮਿਹਨਤ ਕੀ ਗਈ ਹੈ ਔਰ ਮਜ਼ੀਦ ਵੀ ਇਸਮੇ ਬਿਹਤਰੀ ਕੀ ਗੁੰਜਾਇਸ਼ ਹੈ, ਲੇਕਿਨ ਕਿਆ ਇਹ ਬਿਹਤਰ ਨਹੀਂ ਹੋਗਾ ਕਿ ਇਸਕੋ ਸਾਇੰਸੀ ਅੰਦਾਜ਼ ਸੇ ਇਸ ਲੋਗਤ ਕੋ ਤਰਤੀਬ ਦਿਆ ਜਾਏ। ਅਬ ਇਹ ਲੈਕਸੀਕਾਗ੍ਰਾਫੀ ਜਾਂ ਲੋਗਤ ਮਵੀਸੀ ਇਹ ਬਹੁਤ ਜ਼ਿਆਦਾ ਉਸਮੇ ਕਾਮ ਹੋ ਗਿਆ ਹੈ, ਤੋ ਫਰੰਟੀਅਰ ਲੈਂਗੁਏਜ ਇੰਸਟੀਟਿਊਟ FLI 2006 ਮੈਂ ਇੱਕ ਵਰਕਸ਼ਾਪ ਮੁਨਕਦ ਕਰ ਰਹੀ ਹੈ, ਇਹ ਇੱਕ ਸੀਰੀਜ਼ ਆਫ ਵਰਕਸ਼ਾਪ ਹੋਗਾ। ਇਹ ਤਜਵੀਜ਼ ਮੇਰੀ ਤਰਫ ਸੇ ਹੈ ਕਿ ਲੁਗਤ ਕੇ ਉੱਪਰ ਕਾਮ ਕਰਨੇ ਵਾਲੇ ਜਿਤਨੇ ਬੰਦੇ ਹੋਂ ਉਹ ਵਹਾਂ ਉਨ ਵਰਕਸ਼ਾਪੋਂ ਮੈਂ ਲਾਜ਼ਮਨ ਸ਼ਿਰਕਤ ਕਰੇਂ ਤਾਂ ਕਿ ਲੁਗਤ ਨਵੀਸੀ ਕੋ ਸਾਇੰਟਿਫਿਕ ਔਰ ਜਦੀਦ ਅੰਦਾਜ਼ ਮੈਂ ਉਸਕੋ ਮੁਰੱਤਬ ਕੀਆ ਜਾਏ, ਜਿਸ ਤਰ੍ਹਾਂ ਕਿ ਦੂਸਰੇ ਸਾਥੀਓ ਨੇ ਇਸਕੇ ਉੱਪਰ ਬਾਤ ਕੀ ਹੈ। ਸਵਾਲ ਮੇਰਾ ਇਹ ਹੈ ਕਿ ਇਸ ਵਕਤ ਕੰਪਿਊਟਰ ਟੈਕਨੋਲੋਜੀ ਮੈਂ ਇੱਕ ਚੀਜ਼ ਹੈ ਯੂਨੀਕੋਡ। ਯੂਨੀਕੋਡ ਕੀ ਵਜ੍ਹਾ ਸੇ ਦੁਨੀਆ ਕੀ ਤਮਾਮ ਜ਼ਬਾਨੋਂ ਕੇ ਤਮਾਮ ਹਰੂਫ ਕੇ ਲੀਏ ਕੋਡ ਮੁਕਰਰ ਕੀਆ ਜਾਤਾ ਹੈ ਔਰ ਉਸ ਕੋਡ ਕੀ ਵਜ੍ਹਾ ਸੇ ਦੁਨੀਆ ਕੇ ਕਿਸੇ ਵੀ ਕੰਪਿਊਟਰ ਮੈਂ ਕੋਈ ਵੀ ਪ੍ਰੋਗਰਾਮ ਹੋ ਉਹ ਜ਼ਬਾਨ ਲਿਖੀ ਜਾ ਸਕਤੀ ਹੈ ਔਰ ਪੜ੍ਹੀ ਜਾ ਸਕਤੀ ਹੈ। ਜਿਸ ਤਰ੍ਹਾਂ BBCUrdu.com ਕਾ ਫੌਂਟ ਹੈ ਉਹ ਯੂਨੀਕੋਡ ਸਪੋਰਟਿਡ ਹੈ। ਕਿਆ ਇਸਕੇ ਬਾਰੇ ਮੈਂ ਕਿਸੇ ਨੇ ਸੋਚਾ ਹੈ ਕਿ ਹਿੰਦਕੋ ਕੇ ਹਰੂਫ ਤਹਜੀ ਜੋ ਹੈ ਉਹ ਸਾਰੇ ਕੇ ਸਾਰੇ ਯੂਨੀਕੋਡ ਸਪੋਰਟਿਡ ਹੈ? ਮੇਰੇ ਅੰਦਾਜ਼ੇ ਕੇ ਮੁਤਾਬਿਕ ਉਸਮੇ ਅਣਾ ਜੋ ਹੈ ਇਹ ਯੂਨੀਕੋਡ ਸਪੋਰਟਿਡ ਨਹੀਂ ਹੈ, ਇਹ ਬਾਅਦ ਮੈਂ ਜਾ ਕਰਕੇ ਮਸਾਇਲ ਪੈਦਾ ਕਰ ਸਕਤਾ ਹੈ, ਤੋ ਇਸਕੇ ਬਾਰੇ ਮੈਂ ਅਭੀ ਸੇ ਸੋਚਣਾ ਚਾਹੀਏ ਔਰ ਯੂਨੀਕੋਡ ਕੰਸੋਰਸ਼ੀਅਮ ਵਾਲੋਂ ਸੇ ਕੇ ਸਾਥ ਰਾਬਤਾ ਕਰਨਾ ਚਾਹੀਏ। ਕਿਆ ਇਸਕੇ ਬਾਰੇ ਮੈਂ ਕਭੀ ਸੋਚਾ ਹੈ? ਮੇਰਾ ਸਵਾਲ ਖੁਸੂਸਨ ਅਖਤਰ ਅਵਾਨ ਸਾਹਿਬ ਸੇ ਹੈ। ਮੇਰੇ ਮੋਹਤਰਮ ਦੋਸਤ, ਆਪਕੀ ਤਜਵੀਜ਼ ਕਾਬਿਲ ਗੌਰ ਹੈ, ਕਾਬਿਲ ਤਵੱਜੋ ਹੈ। ਮੈਂ ਦਰਖਾਸਤ ਕਰਸਾਂ ਕਿ ਤੁਸੀਂ ਆਪਣੀ ਇਹ ਤਜਵੀਜ਼ ਤਹਿਰੀਰੀ ਤੌਰ 'ਤੇ ਗੰਧਾਰਾ ਬੋਰਡ ਨੂੰ ਰਵਾਨਾ ਕਰ ਦਿਓ, ਜਿਸ ਵਕਤ ਇੱਥੇ ਪਹੁੰਚੀ ਅਤੇ ਇਸ 'ਤੇ ਮੁਨਾਸਿਬ ਗੌਰ ਕਰਕੇ ਜੋ ਕੁਛ ਵੀ ਅਮਲ ਹੋ ਸਕਿਆ ਕਰਨ ਦੀ ਕੋਸ਼ਿਸ਼ ਕੀਤੀ ਜਾ ਸੀ ਜੀ। ਅਕਮਲ ਨਈਮ ਸਾਹਿਬ ਜੀ,
آپ میرا خیال ہے آپ کی آواز اچھی خاصی ہے، آپ بولیجیے. نہیں ہوندی میں خیر چکوال دین ان کو بول سکتے. جی میں ہنکو کانفرنس کے اکابرین سے پوچھوں گا کہ آج سویرے اتھے انیس زیب صاحب جس کو تشریف نہ آئیے تھے، اس کے بعد ہوں بھی یہ مطالبہ اتنے بھی لکھا ہوا ہے کہ سانو ٹی وی کے اتنے دس کے اتنے انصاف ملنا چاہیے. میری بھی تجویز ہے کہ 50-50 سے کم از کم ہو گئی، لیکن کیا یہ دوسرے لوگوں واسطے ایکسیپٹیبل ہے کہ نہیں؟ اسی کے بیس بنا کے اسی یہ کہہ سکنے ہیں اپنے اکابرین یا اپنے جڑے لوگ سارے بیٹھے ہیں اس دے اقتدار دے کہ کس بیس دے اتے ہند کو زبان نو پرسنٹیج دیتی جاوے؟ کیا کوئی مردم شماری ہے یا کوئی تعلیمی معیار ہے یا کوئی لٹریچر دا معیار ہے، کتاباں دی تعداد ہے، کہ حوالہ تسی لے کے اے اپنا کتنی پرسنٹیج مانگ دے ہو؟ کوئی کیلکولیشن کیتی ہوئی نے جناب نعیم صاحب؟ اسی کہنے ہیں ساری زبان 6000 سال پرانی ہے، 6000 سال پہلی دفعہ اسی اج سے کٹھے ہویا تو اسے تے تو کچھ 6 مہینے یا 6 سال یا کچھ عرصہ انہاں ساریاں گلاں تے لگ سن. جڑے جڑے ساڈے دوست جڑے کمنٹس یا جڑے ماہرانہ رائے دیندے ہیں اسی انہاں نوں کہنے ہیں کہ وہ سانو سب چیزاں تجیزاں لکھ کے بھیجن. ساسی جڑی ہنکو اکیڈمی دا مطالبہ کر رہے ہیں وہ اسی سلسلے دی کڑی ہے کہ اس اندر سے ساری سائرے ماہرین نو جمع کر سیئیں اور انہاں دی رائے لے سیئیں اور اس تے بحث مباحثہ کر سیئیں اور ساڈے رسائل اس نو اسی جاری کر سیئیں. اے تا ساڈی ایک ابتدائی اویئرنیس دی سٹیج ہے اور جس دے کول جڑا جڑا فن ہے اگر وہ ہنکو یا کسی حوالے نال سانو پیش کرنا چاہندا تے اسی اس نو ویلکم.